ਦੇਣ ਕਿੱਦਾਂ ਕਿਹੜਾ ਕੰਮਾਂ ਚੋਂ ਕੰਮ ਹੈ ਨਾ ਨੂੰ ਕੀ ਆ ਬਸ ਨਾ ਹੀ ਨਾ ਆ ਚਲੋ ਤੁਸੀਂ ਕੀ ਸੋਚ ਕੇ ਸੇਵਾ ਕਰੀ ਜਾਂਦੇ ਹੋ ਮੈਂ ਇਹ ਸੋਚ ਕੇ ਸੇਵਾ ਕਰਦਾ ਹਾਂ ਵੀ ਇੱਥੋਂ ਕਿੰਨੀ ਜਨਤਾ ਲੰਘਦੀ ਆ ਹਰ ਬੰਦਾ ਇੱਥੇ ਡਿੱਗਦਾ ਝੰਡਾ ਮੇਰੇ ਕੋਲ ਜੇ ਟਾਈਮ ਹੈਗਾ ਤਾਂ ਮੈਂ ਜਿੰਨਾ ਕਰ ਸਕਦਾ ਲੋਕਾਂ ਵਾਸਤੇ ਕਰਾਂ ਮੈਂ ਇਹ ਸੋਚ ਕੇ 10 ਮਿੰਟ ਮੈਂ ਰੋਜ਼ ਦਾ ਪਰਪਕਾਰ ਦਾ ਕੰਮ ਇੱਕ ਹੀ ਕਰਨਾ ਭਾਵੇਂ ਇੱਟ ਚੁੱਕ ਹੀ ਪਾਸੇ ਰੱਖਦਿਆਂ ਵਾਹਲਾ ਕਰਨਾ ਥੋੜ੍ਹਾ ਕਰਨਾ ਮੈਂ ਦਿਨ ਵਿੱਚ ਇੱਕ ਹੀ ਕਰਨਾ ਅੱਗੋਂ ਵਾਗਰੂ ਨੂੰ ਪਤਾ ਨਹੀਂ ਮੈਂ ਚੰਗਾ ਕਰਦਾ ਪਤਾ ਨਹੀਂ ਮੈਂ ਮਾੜਾ ਕਰਦਾ ਮੈਂ ਆਪਦੇ ਵੱਲੋਂ ਚੱਲਾਂ ਕਿੰਨੇ ਕੁ ਥਾਵਾਂ ਦੇ ਉੱਤੋਂ ਤੁਸੀਂ ਬਹੁਤ ਥਾਵਾਂ ਮੈਨੂੰ 3 ਸਾਲ ਹੋ ਗਏ ਬਠਿੰਡੇ ਆਏ ਨੂੰ ਅੱਛਾ ਜੀ ਇੱਕ ਕੰਮ ਮੈਂ ਰੋਜ਼ ਦਾ ਮੈਂ ਕਰਦਾ ਵਾਹਲਾ ਕਰਨਾ ਥੋੜ੍ਹਾ ਕਰਨਾ 3 ਸਾਲ ਹੋ ਗਏ ਬਠਿੰਡੇ ਆਏ ਨੂੰ ਮੈਨੂੰ ਇੱਕ ਕੰਮ ਕਰਨਾ ਪਊ ਕਿੱਥੋਂ ਦੇ ਰਹਿਣ ਵਾਲੇ ਫਰੀਦਕੋਟ ਦੇ ਫਰੀਦਕੋਟ ਅਤੇ ਇੱਥੇ ਕੀ ਕਰਦੇ ਇੱਥੇ ਬਸ ਮੇਰੇ ਬੇਟੇ ਦਾ ਕਾਰੋਬਾਰ ਆ ਮੈਂ ਫਰੀ ਹਾਂ ਅੱਛਾ ਜੀ ਅਤੇ ਫਿਰ ਮੈਂ ਇਹੋ ਜਿਹਾ ਕੰਮ ਇੱਕ ਤਾਂ ਕਰ ਦਿੰਦਾ ਇਹ ਬਜ਼ੁਰਗ ਨੇ ਜੀ ਇਹ ਹਰ ਰੋਜ਼ ਸਵੇਰੇ ਕਹਿੰਦੇ ਮੈਂ ਇੱਕ ਕੰਮ ਕਰਦਾ ਪੁੰਨ ਦਾ ਅਸੀਂ ਪਾਵਰ ਹਾਊਸ ਰੋਡ ਦੇ ਉੱਤੇ ਇੱਧਰ 100 ਫੁੱਟੀ ਚੌਂਕ 'ਤੇ ਖੜ੍ਹੇ ਹਾਂ ਹੁਣ ਹੈਰਾਨੀ ਦੀ ਗੱਲ ਹੈ ਕਿ ਇਹ ਟੋਆ ਇੱਥੇ ਇਹ ਟੋਆ ਬਜ਼ੁਰਗ ਭਰ ਰਹੇ ਨੇ ਇਹ ਕੰਮ ਸਰਕਾਰਾਂ ਦਾ ਇੱਥੇ ਲੋਕ ਆ ਦੇਖੋ ਕਿੰਨਾ ਬਿਜ਼ੀ ਆ ਹਜੇ ਸਵੇਰ ਦਾ ਸਮਾਂ ਹੋਇਆ ਅਤੇ ਤੁਸੀਂ ਹੈਰਾਨ ਹੋਵੋਗੇ ਕਿ ਇੱਥੇ ਬੜੇ ਲੋਕ ਡਿੱਗਦੇ ਆ ਪਰ ਕਿਸੇ ਵੀ ਸਰਕਾਰੀ ਮਹਿਕਮੇ ਨੇ ਇਹ ਨਹੀਂ ਸੋਚਿਆ ਕਿ ਅਸੀਂ ਇਹ ਕੰਮ ਕਰ ਦਈਏ ਇਹ ਬਜ਼ੁਰਗ ਕਹਿੰਦੇ ਮੈਂ ਨਾਂ ਤਾਂ ਦੱਸਣਾ ਨਹੀਂ ਪਰ ਕਹਿੰਦੇ ਮੈਂ ਫਰੀਦਕੋਟ ਤੋਂ ਆਇਆ 3 ਸਾਲ ਹੋ ਗਏ ਬਠਿੰਡੇ ਆਏ ਨੂੰ ਅਤੇ 3 ਸਾਲਾਂ ਦੇ ਵਿੱਚ ਕਹਿੰਦੇ ਮੈਂ ਹਰ ਰੋਜ਼ ਭਾਵੇਂ ਇੱਕ ਚੁੱਕਾਂ ਭਾਵੇਂ ਕੁਛ ਵੀ ਕਰਾਂ ਮੈਂ ਲੰਘ ਰਿਹਾ ਸੀ ਵੇਖਿਆ ਬਜ਼ੁਰਗ ਇੱਥੇ ਪੁੰਨ ਦਾ ਕੰਮ ਕਰ ਰਹੇ ਨੇ ਇਹ ਹੁਣ ਦੇਖੋ ਲੱਗੇ ਆ ਇਹ ਟੋਆ ਭਰ ਰਹੇ ਨੇ ਇਹ ਟੋਆ ਬੜਾ ਵੱਡਾ ਸੀ ਕਿਸੇ ਦਾ ਇੱਧਰ ਕਿੰਨੀ ਧਿਆਨ ਨਹੀਂ ਸੀ ਭਾਵੇਂ ਮੈਂ ਵੀ ਇਹਨਾਂ ਦੇ ਵਿੱਚੋਂ ਇੱਕ ਹਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਇਹਨਾਂ ਬਜ਼ੁਰਗਾਂ ਦੀ ਬਦੌਲਤ ਅਸੀਂ ਕਹਿ ਸਕਦੇ ਹਾਂ ਕਿ ਸਾਡੇ 'ਚ ਇੱਕ ਜਜ਼ਬਾ ਹੈਗਾ ਲੋਕ ਸੇਵਾ ਦਾ ਇਹ ਲੋਕ ਸੇਵਾ ਦਾ ਜਜ਼ਬਾ ਇਹਨਾਂ ਬਜ਼ੁਰਗਾਂ ਦੇ ਰਾਹੀਂ ਅਸੀਂ ਆਪਣੇ ਪੀੜ੍ਹੀਆਂ ਦੇ ਪੀੜ੍ਹੀਦਾਰ ਅੱਗੇ ਲੈ ਕੇ ਜਾਣਾ ਹੁਣ ਦੇਖੋ ਕਿੰਨੀ ਮਿਹਨਤ ਕਰਕੇ ਇਹ ਕਿੱਥੋਂ ਇੱਟਾਂ ਡਲੇ ਲਿਆਉਂਦੇ ਨੇ ਟ੍ਰੈਫਿਕ ਦੇ ਵਿੱਚ ਬੈਠੇ ਹੈ ਅਤੇ ਇਹਨਾਂ ਨੂੰ ਵਧਾਈ ਦੇ ਪਾਤਰ ਨੇ ਮੈਂ ਕਹਿੰਦਾ ਸ਼ੇਅਰ ਕਰ ਦਿਓ ਸਾਰੇ ਜਾਣੇ ਵੀਰ ਮੈਂ ਹੌਲੀ ਹੌਲੀ ਬਜ਼ੁਰਗਾਂ ਦਾ ਨਾਮ ਵੀ ਪੁੱਛੂੰਗਾ ਜੇ ਦੱਸ ਦੇਣਗੇ ਅਤੇ ਨਾਂ ਨਹੀਂ ਕਦੇ ਦੱਸਣਾ ਚਲੋ ਲੈ ਪੁੱਛ ਲਾਂਗੇ ਇਹ ਕੰਮ ਆ ਦੇਖੋ ਇਹ ਟੋਆ ਭਰ ਰਹੇ ਨੇ ਜੀ ਆਹ ਦੇਖੋ ਹੁਣ ਸੋ ਆਹ ਟ੍ਰੈਫਿਕ ਇੱਧਰ 100 ਫੁੱਟੀ ਆ ਜੀ ਆਹ ਜਿਹੜੀ ਮੇਨ ਰੋਡ ਆ ਇਹ ਪਾਵਰ ਹਾਊਸ ਰੋਡ ਆ ਇੱਥੋਂ ਡਿਪਟੀ ਕਮਿਸ਼ਨਰ ਦਾ ਘਰ ਹੈ ਬਿਲਕੁਲ ਨੇੜੇ ਸੋ ਇਹੋ ਜਿਹੇ ਬੰਦਿਆਂ ਦੀ ਬਦੌਲਤ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਸਮਾਜ ਜਿਉਂਦਾ ਆਹ ਆਟੋ ਵਾਲਾ ਦੇਖੋ ਜਮਾਂ ਕੋਲ ਦੀ ਨਿਗਾ ਕੇ ਲਗਾ ਇਹਨੂੰ ਇੰਨੀ ਅਕਲ ਦੀ ਕਿ ਬੰਦਾ ਕੰਮ ਕਰ ਰਿਹਾ ਅਤੇ ਮੈਂ ਉਹਦੇ ਦੂਰ ਦੀ ਲੰਘ ਜਾਂ ਉਹ ਟ੍ਰੈਫਿਕ ਵਾਲੇ ਖੜ੍ਹੇ ਆ ਉਹਨਾਂ ਨੇ ਵੀ ਕੋਈ ਬੈਰੀਕੇਡਿੰਗ ਨਹੀਂ ਦਿੱਤੀ ਵੀ ਭਾਈ ਕੋਲੇ ਖੜ੍ਹ ਜਾਈਏ ਅਤੇ ਬਜ਼ੁਰਗਾਂ ਦੇ ਪਾਸੇ ਦੀ ਜਿਹੜਾ ਇਹ ਲੰਘੇ ਥਾਂ ਸੋ ਬੜੀ ਸਾਨੂੰ ਮਾਣ ਦੀ ਗੱਲ ਹੈ ਕਿ ਸੂਰਮੇ ਨੇ ਸਾਡੇ ਇਹ ਮੈਂ ਅੱਜ ਦੀ ਘੜੀ ਦੇ ਮੈਂ ਸੂਰਮੇ ਕਹਾਂਗਾ ਕਿ ਜਿਨ੍ਹਾਂ ਨੇ ਇਹੋ ਜਿਹਾ ਕੰਮ ਇਹ ਕਰ ਰਹੇ ਨੇ ਇਹ ਪੁੰਨ ਕਰ ਰਹੇ ਆ ਲੋਕ ਸੇਵਾ ਕਰ ਰਹੇ ਆ ਹਰ ਚੀਜ਼ ਸਾਡੀ ਕੌਮ ਦੇ ਵਿੱਚ ਇੱਕ ਆਪਾਂ ਕਹਿ ਸਕਦੇ ਹਾਂ ਪੰਜਾਬੀਆਂ ਦੇ ਵਿੱਚ ਸਿੱਖਾਂ ਦੇ ਵਿੱਚ ਕਿ ਅਸੀਂ ਇੱਕ ਪੁੰਨ ਦਾ ਕੰਮ ਆ ਜਿਹੜਾ ਉਹ ਹਰ ਰੋਜ਼ ਕਰਨਾ ਇਹ ਬਾਪੂ ਜੀ ਸਾਨੂੰ ਇਹ ਦੱਸੋ ਪ੍ਰੇਰਨਾ ਕਿੱਥੋਂ ਮਿਲੀ ਤੁਹਾਨੂੰ ਇਹ ਕਿਤੇ ਕੋਈ ਤੁਹਾਡੇ ਨਾਲ ਵੇਖੋ ਜੀ ਅੱਜ ਤੋਂ ਕੋਈ 50 ਸਾਲ ਪਹਿਲਾਂ ਜੀ ਸਾਡੇ ਪਿੰਡ ਇੱਕ ਸੂਬੇਦਾਰ ਰਿਟਾਇਰ ਆਇਆ ਸੀ ਹਾਂਜੀ ਉਦੋਂ ਅੰਨ ਦੀ ਇੰਨੀ ਘਾਟ ਸੀ ਲੋਕਾਂ ਨੂੰ ਰੋਟੀ ਪੂਰੀ ਨਹੀਂ ਸੀ ਮਿਲਦੀ ਪਰ ਉਹ ਸੂਬੇਦਾਰ ਨੇ ਜਦੋਂ ਮੀਂਹ ਪੈਣੇ ਹਾੜੀ ਸਿਆ ਸਾਉਣ ਭਾਦੋਂ ਦੇ ਵਿੱਚ ਉਹਨੇ ਕੋਲੋਂ ਦਿਹਾੜੀਏ ਲਾ ਕੇ ਨਾਲੇ ਤਾਂ ਦਿਹਾੜੀਆਂ ਨੂੰ ਪੈਸੇ ਦੇਣੇ ਨਾਲੇ ਰੋਟੀ ਦੇਣੀ ਜੀ ਅਤੇ ਪਿੰਡ ਦੇ ਸਾਰੇ ਰਾਹ ਉਹ ਠੀਕ ਕਰਦਾ ਹੁੰਦਾ ਸੀ ਮੈਂ ਇਹ ਗੱਲ ਸੁਣਦਾ ਹੁੰਦਾ ਸੀ ਪਿੰਡ 'ਚ ਵੀ ਜੇ ਕਿਤੇ ਪਰਮਾਤਮਾ ਨੇ ਦਿਨ ਫੇਰੇ ਪਹਿਲਾਂ ਤਾਂ ਬਹੁਤ ਔਖੇ ਰਹੇ ਜੇ ਦਿਨ ਫੇਰੇ ਤਾਂ ਮੈਂ ਇਹ ਕੰਮ ਕਰਿਆ ਕਰੂੰਗਾ ਔਰ ਮੇਰੇ ਦਿਨ ਅੱਜ ਪਰਮਾਤਮਾ ਨੇ ਫੇਰੇ ਮੈਂ ਕਰ ਸੋ ਅੱਗੇ ਕੀ ਕਹਿਣਾ ਚਾਹੁੰਦੇ ਕਿ ਤੁਸੀਂ ਹੋਰ ਵੀ ਇਹੋ ਹੀ ਕਹਿੰਦਾ ਵੀ ਜਿਸ ਬੰਦੇ ਕੋਲ ਟਾਈਮ ਹੈਗਾ ਥੋੜ੍ਹਾ ਬਹੁਤਾ ਉਹ ਕਰੇ ਜਨਤਾ ਸੌਖੀ ਲੰਘੂ ਇਹੋ ਕਹਿੰਦਾ ਹੋਰ ਆਪਾਂ ਚੱਲ ਨਾਂ ਤਾਂ ਦੱਸ ਦਿਓ ਤੁਹਾਡਾ ਨਾ ਮੇਰਾ ਜੋਗਾ ਸਿੰਘ ਹੈ ਜੋਗਾ ਸਿੰਘ ਸੋ ਇਹ ਸਨ ਜੀ ਜੋਗਾ ਸਿੰਘ ਜੀ ਜਿਨ੍ਹਾਂ ਨੇ ਇਹ ਪੁੰਨ ਦਾ ਕੰਮ ਕੀਤਾ ਤੁਸੀਂ ਦੇਖੋ ਕਿ ਆਹ ਟੋਆ ਇਹਨਾਂ ਨੇ ਭਰਿਆ ਟੋਆ ਸਰਦਾਰ ਜੋਗਾ ਸਿੰਘ ਨੇ ਭਰਿਆ ਸਲਾਮ ਆ ਇਹਨਾਂ ਨੂੰ ਸਲੂਟ ਕਰਦੇ ਹਾਂ ਅਸੀਂ ਇਹਨਾਂ ਨੂੰ ਦੇਖੋ ਇਹ ਆਪਦਾ ਸਮਾਂ ਕੱਢਦੇ ਆ ਸਮਾਂ ਕੱਢ ਕੇ ਆਪਣਾ ਸਵੇਰੇ ਸਵੇਰੇ ਇਹਨਾਂ ਨੇ ਆਹ ਕੰਮ ਕੀਤਾ ਸ਼ਾਇਦ ਕਿੰਨੀਆਂ ਜਾਨਾਂ ਬਚਣਗੀਆਂ ਕਿੰਨਾ ਕੁਛ ਹੋਊਗਾ ਅਤੇ ਹੁਣ ਗੱਲਾਂ ਕਰ ਰਹੇ ਨੇ ਇੱਥੇ ਪੁਲਿਸ ਅਧਿਕਾਰੀ ਬੈਠੇ ਮੈਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਿਹਾ
कि कोई इन्हां दे कोले आके नहीं खड़ा कि भाई इन्हां ने काम कर रहे हैं कोई इन्हां दे विच ना वजे, पर नहीं ये साड़ी कोई जिम्मेवारी नहीं हैगी है। और देखो मैं पिछले 15 मिनटा तो देख रहा वह मोटरसाइकिल वाला कोले खड़ा चौंक दे उहदे नाल गल्लां करी जांदे ने चौंक दे विचाले ठल्ली खड़े उहनू नहीं, पर यह बजुर्ग देखो सड़क के विचाले जिहड़ा हैगा बिना किसी बैरीकेडिंग तो यह अपना पुन का काम कर रहे हैं। सानू बड़े माण वाली गल है कि इहोजे बजुर्गों की बदौलत इहोजे इंसानों की बदौलत साडा समाज जिउंदा है। कहिंदे हुंदे ने कि लखां चों एक बंदा भी इहोजा हो जाए तो समाज जिहड़ा गरकदा नहीं हैगा। सो इन्हां दी बदौलत साडा समाज बचिया होया, इन्हां दी बदौलत असीं जिउंदे हां, इन्हां दी बदौलत असीं जिहड़ा हैगा सिर उच्चा करके तुरदे हां। सो बड़े माण वाली गल है, सारे जणे वीर शेयर करो कि काम सरकारां दा, पर इहो जिहे बजुर्ग जिहड़े ने ਉਹ ਇਹ ਕੰਮ ਕਰਦੇ ਨੇ। ਸਲਾਮ ਹੈ ਜੀ ਸਰਦਾਰ ਜੋਗਾ ਸਿੰਘ ਨੂੰ। ਵਾਹਿਗੁਰੂ ਜੀ ਵਾਹਿਗੁਰੂ। ਹਾਂ ਦੇਖੋ ਇਹ ਵੀ ਅੱਗੇ ਡਲੇ ਚੱਕੇ ਨੇ ਤਾਂ ਇਹਨਾਂ ਨੇ ਇਹੋ ਜਿਹੀ ਥਾਂ ਤੇ ਪਾਏ ਆ ਜਿੱਥੇ ਪੈਣੇ ਚਾਹੀਦੇ ਆ, ਐਂ ਨਹੀਂ ਹੈਗਾ ਵੀ ਸੜਕ ਦੇ ਉੱਤੇ ਹੀ ਸੁੱਟਦੇ। ਉਹ ਦੇਖੋ ਹੁਣ ਹਜੇ ਵੀ ਮੈਂ ਹੈਰਾਨ ਹਾਂ ਕਿ ਕਿੰਨਾ ਸਮਾਂ ਹੋ ਗਿਆ ਉਹ ਸੜਕ ਦੇ ਵਿਚਾਲੇ, ਇਹਨਾਂ ਨੂੰ ਕੋਈ ਪਤਾ ਨਹੀਂ ਕਿ ਵੀਡੀਓ ਬਣ ਰਹੀ ਆ, ਅਸੀਂ ਇੱਕ ਬਜ਼ੁਰਗ ਨੂੰ ਸਿਕਿਉਰਿਟੀ ਦੇਣੀ ਆ। ਹਾਂਜੀ ਗੱਲਾਂ ਦੇ ਵਿੱਚ ਪੂਰੇ ਐਨ ਬਿਜ਼ੀ ਨੇ ਇਹ ਜਿਹੜੇ ਅਧਿਕਾਰੀ ਇੱਥੇ ਖੜ੍ਹੇ ਆ, ਉਹੋ ਜਿਹਾ ਉਹ ਸਿਕਿਉਰਿਟੀ ਵਾਲਾ ਖੜ੍ਹਾ ਐਨ ਜਿਵੇਂ ਕਿ ਮੈਂ ਚਲੋ ਉਹਨਾਂ ਨਾਲ ਗੱਲ ਹੀ ਕਰਦੇ ਹਾਂ ਆਪਾਂ। ਭਾਈ ਸਾਹਿਬ ਤੁਸੀਂ ਲੰਮਾ ਸਮਾਂ ਹੋ ਗਿਆ ਇੱਥੇ ਖੜ੍ਹੇ ਹੋ, ਮੈਂ ਦੇਖ ਰਿਹਾ ਇੱਕ ਬਜ਼ੁਰਗ ਪੁੰਨ ਦਾ ਕੰਮ ਕਰ ਰਹੇ, ਤੁਹਾਡਾ ਫਰਜ਼ ਨਹੀਂ ਬਣਦਾ ਕਿ ਉਹਨਾਂ ਦੇ ਆਲੇ ਦੁਆਲੇ ਖੜ੍ਹ ਕੇ ਆਪਾਂ ਉਹਨਾਂ ਨੂੰ ਥੋੜ੍ਹੀ ਜਿਹੀ ਸਿਕਿਉਰਿਟੀ ਦੇਈਏ ਵੀ ਉਹਨਾਂ ਦੇ ਵਿੱਚ ਕੋਈ ਗੱਡੀ ਨਾ ਵੱਜੇ। ਤੁਸੀਂ ਇੱਥੇ ਖੜ੍ਹੇ ਗੱਲਾਂ ਕਰ ਰਹੇ ਹੋ, ਉਹ ਬਜ਼ੁਰਗ ਕੰਮ ਕਰ ਰਹੇ ਨੇ, ਕੋਲੇ ਘੱਟੋ ਘੱਟ ਖੜ੍ਹਤਾ ਜਾਓ, ਆਪਾਂ ਨਹੀਂ ਕਰ ਸਕਦੇ। ਮੈਂ ਵੀ ਦੇਖ ਰਿਹਾ 10 ਮਿੰਟ ਹੋ ਗਏ ਨੇ, ਹੈਂ ਉਹ ਬਜ਼ੁਰਗ ਕੰਮ ਕਰ ਰਹੇ ਨੇ, ਤੁਸੀਂ ਘੱਟੋ ਘੱਟ ਇਹਨਾਂ ਦਾ ਫਰਜ਼ ਸੰਭਾਲੋ ਆਪਣਾ। ਦੇਖੋ ਇਕੱਲੇ ਬਜ਼ੁਰਗ ਉੱਥੇ ਬੈਠੇ ਸੜਕ ਦੇ ਵਿਚਾਲੇ, ਤੁਹਾਡਾ ਫਰਜ਼ ਬਣਦਾ ਵੀ ਆਪਾਂ ਘੱਟੋ ਘੱਟ ਕੋਲੇ ਖੜੀਏ। ਹਾਂ ਹਾਂ ਸੋ ਧੰਨਵਾਦ ਜੀ ਤੁਹਾਡਾ ਬਾਪੂ ਜੀ, ਵਾਹਿਗੁਰੂ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਹਾਂਜੀ ਸੋ ਜਿਉਂਦੇ ਵਾਸਤੇ ਰਹੋ, ਰੱਬ ਤੁਹਾਡੀਆਂ ਲੰਬੀਆਂ ਉਮਰਾਂ ਕਰੇ, ਪਰਮਾਤਮਾ ਤੁਹਾਨੂੰ ਬਖਸ਼ੇ ਜੀ। ਸ਼ੁਕਰ ਹੈ ਜੀ।